ਅੰਮ੍ਰਿਤਸਰ ਦੇ ਵਿੱਚ ਇਨਸਾਨੀਅਤ ਹੋਈ ਸ਼ਰਮਸਾਰ। ਅੰਮ੍ਰਿਤਸਰ ਦੇ ਤਾਰਾ ਵਾਲੇ ਪੁਲ ਤੇ ਇੱਕ ਨਸ਼ੇੜੀ ਤੇ ਲੱਗੇ ਕੁੱਤੇ ਦੇ ਬੱਚੇ ਦੇ ਨਾਲ ਗਲਤ ਕਰਨ ਦੇ ਆਰੋਪ। ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਇੱਕ ਨਸ਼ੇੜੀ ਨੌਜਵਾਨ ਵੱਲੋਂ ਕੁੱਤੇ ਦੇ ਬੱਚੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮੌਕੇ ਤੇ ਲੋਕਾਂ ਨੇ ਉਸਨੂੰ ਕਾਬੂ ਕੀਤਾ ਅਤੇ ਉਸਦੀ ਜੰਮ ਕੇ ਛਿੱਤਰ ਪਰੇਡ ਕੀਤੀ। ਤੇ ਇੰਨਾ ਨਹੀਂ ਬਲਕਿ ਚਾਇਲਡ ਐਨੀਮਲ NGO ਦੀ ਸੰਸਥਾ ਦੇ ਆਗੂਆਂ ਨੂੰ ਵੀ ਬੁਲਾਇਆ ਗਿਆ ਤੇ ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ, ਪਰ ਉਹਨਾਂ ਵੱਲੋਂ ਨਸ਼ੇੜੀ ਨੂੰ ਕਾਬੂ ਕੀਤਾ ਗਿਆ ਤੇ ਫੜ ਕੇ ਥਾਣੇ ਲਿਜਾਇਆ ਗਿਆ। ਇਸ ਮੌਕੇ ਚਾਇਲਡ ਐਨੀਮਲ NGO ਸੰਸਥਾ ਦੇ ਆਗੂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੂਚਨਾ ਮਿਲੀ ਕਿ ਇੱਕ ਨਸ਼ੇੜੀ ਨੌਜਵਾਨ ਤਾਰਾ ਵਾਲੇ ਪੁਲ ਦੇ ਕੋਲ ਇੱਕ ਕੁੱਤੇ ਦੇ ਬੱਚੇ ਦੇ ਨਾਲ ਗਲਤ ਕੰਮ ਕਰ ਰਿਹਾ ਸੀ। ਉਹਨੇ ਦੱਸਿਆ ਕਿ ਸਾਡੇ NGO ਦੇ ਆਗੂ ਇੱਥੇ ਰੋਜ਼ ਇਹਨਾਂ ਜਾਨਵਰਾਂ ਨੂੰ ਫੀਡ ਦੇਣ ਲਈ ਆਉਂਦੇ ਹਨ। ਜਦੋਂ ਉਹਨਾਂ ਨੇ ਇਸ ਨਸ਼ੇੜੀ ਨੌਜਵਾਨ ਨੂੰ ਉਹਨਾਂ ਦੇ ਨਾਲ ਗਲਤ ਹਰਕਤ ਕਰਦੇ ਵੇਖਿਆ, ਇਸ ਨੂੰ ਫੜ ਕੇ ਇਸ ਦੇ ਜੰਮ ਕੇ ਛਿੱਤਰ ਪਰੇਡ ਕੀਤੀ। ਉਲਟਾ ਇਸ ਨੌਜਵਾਨ ਵੱਲੋਂ ਸਾਡੇ ਸੰਸਥਾ ਦੇ ਆਗੂਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਹੋ ਗਈਆਂ, ਜਿਸ ਦੇ ਚੱਲਦੇ ਸਾਨੂੰ ਪੁਲਿਸ ਨੂੰ ਬੁਲਾਉਣਾ ਪਿਆ। ਇਸ ਤੋਂ ਇਲਾਵਾ ਹੋਰ ਮੌਕੇ ਤੇ ਕੀ ਕਿਹਾ ਤੁਸੀਂ ਵੀ ਸੁਣੋ। ਇਨਸਾਨ ਜਗ੍ਹਾ ਜਾਨਵਰ ਉਹਨਾਂ ਨੂੰ ਕੀੜੇ ਪੈਣੇ ਪੈਣੇ ਸਾਨੂੰ। ਇੱਕ ਮਿੰਟ ਪਿੱਛੇ ਹੋ ਗਿਆ, ਤੂੰ ਤੇਰੇ ਮਾਰ ਦੇਣੀ ਮੈਂ ਮਾਰੀਆਂ ਕਿਉਂ ਨੀ ਤੂੰ? ਮੈਂ ਵਾਲਮੀਕਿ ਸਮਾਜ ਦਾ ਬੰਦਾ ਹੈਗਾ ਮੈਂ। ਇਹ ਕੀ ਇਹ ਕਰਤੂਤ ਹੈ ਕੋਈ? ਇਹ ਕੋਈ ਕਰਤੂਤ ਆ? ਤੁਹਾਡੇ ਕਰਕੇ ਨੌਜਵਾਨ ਕੁੜੀਆਂ ਨੀ ਬਾਹਰ ਨਿਕਲ ਸਕਦੀਆਂ? ਮੇਰਾ ਨਾਮ ਸੁਨੀਲ ਕੁਮਾਰ ਚੌਹਾਨ, ਨਿਊ ਅੰਮ੍ਰਿਤਸਰ। ਹੌਸਲੈਡ ਦੀ ਬੈਕ ਸਾਈਡ ਰਹਿੰਦਾ ਜੀ। ਮੈਂ ਨਿਊ ਅੰਮ੍ਰਿਤਸਰ ਤੋਂ ਨਾ ਆਪਣਾ ਗਿਆ ਫੋਕਲ ਪਿੰਡ ਤੋਂ ਮੈਂ ਕਟਿੰਗ ਕਰਵਾ ਕੇ ਆ ਰਿਹਾ ਤਾਰਾ ਵਾਲੇ ਪੁਲ ਸਾਹਿਬ ਦੀ, ਠੀਕ ਹੈ ਜੀ। ਆਪਣਾ ਬਾਬਾ ਮਹਾਰਾਜ ਸ਼ਾਹ ਦੀ ਜਗ੍ਹਾ ਦੇ ਲਾਗੇ ਕੁੱਤਿਆਂ ਦਾ ਬੱਚਾ ਵੀ ਟਾਣਾ ਵੀ ਗਿਆ ਵਿਚਾਰੇ, ਆਉਂਦੇ ਦੁੱਧ ਪਾਣੀ ਪਾਏ ਜਾ ਜਾਂਦੇ ਆ। ਅਤੇ ਇੱਕ ਬੰਦਾ ਮੇਰੇ ਨਾਲ ਸਾਹਮਣੇ ਹੈਗਾ ਜੀ, ਅੱਖਾਂ ਦੇ ਸਾਹਮਣੇ ਨੇਪਾਲੀ ਬੰਦਾ, ਉਹ ਬੱਚੇ ਨੂੰ ਲੈ ਕੇ ਨਾ ਜਾਂਦੇ ਜਾਂਦੇ ਨਾ ਉਹਨੂੰ ਚਿਸਕਾਰੀਆਂ ਲੈ ਕੇ ਗਿਆ ਅਗਲੇ ਅੰਬ ਦੇ ਛੱਡ ਕੇ, ਦੂਸਰੇ ਅੰਬ ਦੇ ਲਾਗੇ ਥੜੀ ਬਣੀ ਹੈ ਪੱਥਰ ਵਾਲੀ, ਉੱਥੇ ਆਪਣਾ ਪਜਾਮਾ ਲਾ ਕੇ ਕੁੱਤੇ ਨਾਲ ਗਲਤ ਸਲੂਕ ਕਰ ਰਿਹਾ ਹੈ। ਫਿਰ ਮੈਂ ਉੱਥੋਂ ਮੁੜ ਕੇ ਆ ਗਿਆ ਅਤੇ ਫਿਰ ਆਣ ਕੇ ਉਹਨੂੰ ਮੈਂ ਕਿਹਾ ਵੀ ਇਹ ਕੰਮ ਕੀ ਕਰ ਰਿਹਾ? ਕਹਿੰਦਾ ਮੇਰੀ ਮਰਜ਼ੀ ਚਲੇ, ਤੂੰ ਕੌਣ ਹੋਤਾ ਬੋਲਣੇ ਵਾਲਾ? ਤੇ ਮੈਂ ਸਾਲੇ ਜੈਸੇ ਤੁਹਾਰੇ ਘਰ ਮੈਂ ਹੈ ਉਸੇ ਤੋਂ ਇਹ ਤਾਂ ਫਿਰ ਵੀ ਬੈਰਬ ਹੈ। ਕੁੱਤਾ ਇੱਕ ਪੰਛੀ ਨਹੀਂ, ਭਗਵਾਨ ਕਾ ਰੂਪ ਹੈ, ਉਨਕੇ ਸਾਥ ਮੈਂ ਇਹ ਸਲੂਕ ਕਰ ਰਿਹਾ ਥਾ। ਫਿਰ ਮੈਨੇ ਬੋਲਾ, ਇਤਨੇ ਮੈਂ ਜਬ ਉੜ ਗਿਆ ਇਨਸਾਨ ਮੇਰੇ ਪੇ ਗਾਲੀ ਦੇਣੇ ਲਗਾ। ਫਿਰ ਮੈਨੇ ਉਨਕੋ ਪਕੜ ਕੇ ਲਾ ਕੇ ਯਹਾਂ ਪੇ ਆਪਣਾ ਬਾਬਾ ਮੁਰਾਦ ਸ਼ਾਹ ਕੇ ਬਗਲ ਮੈਂ ਆ ਕੇ ਆਮ ਕੇ ਨੀਚੇ ਮੈਨੇ ਬਾਂਧ ਕੇ ਰੱਖਾ। ਹਾਂਜੀ, ਨਸ਼ਾ ਦਾਰੂ ਪੀ ਕੇ ਰੱਖਿਆ ਵੋ ਇਨਸਾਨ। ਕਿੰਨੀ ਉਮਰ ਦਾ ਬੰਦਾ ਹੈ ਜੀ? ਇਹ ਉਮਰ ਕਾ ਮੈਂ ਅੰਦਾਜ਼ ਹੀ ਬੋਲ ਸਕਦਾ, ਜ਼ਿਆਦਾ ਤੋਂ ਜ਼ਿਆਦਾ 30 ਜਾਂ 20 ਕੇ ਲੱਗ ਸਕਦੇ, 30-35 ਕੇ ਲੱਗ ਸਕ ਮੈਂ ਉਮਰ ਹੈ ਉਨਕੀ। ਅਭੀ ਮੈਨੇ ਆਟੋ ਮੇ ਸਭ ਆਦਮੀ ਆਟੋ ਮੇ ਬਾਂਧ ਕੇ ਉਨਕੋ ਰੱਖੇ, ਸੁਲਤਾਨ ਪਿੰਡ ਚੌਕੀ ਮੇ ਵੀ ਲੈ ਕੇ ਗਈ ਰੱਸੀ ਬਾਂਧ ਕੇ, ਬੋਲਤੇ ਆਪਕਾ ਯਹਾਂ ਪੇ ਕੰਪਲੇਨ ਆਏਗਾ, ਫੋਕਲ ਪਿੰਡ ਕਾ ਕੰਪਲੇਨ ਆਏਗਾ। ਕੋਈ ਵੀਡੀਓ ਬਣਾਈ ਆਪਨੇ? ਜੀ ਮੈਨੇ ਵੀਡੀਓ ਨਹੀਂ ਬਣਾਈ, ਮੇਰੇ ਪਾਸ ਮੋਬਾਈਲ ਨਹੀਂ ਥਾ, ਇਸੀ ਥੋੜਾ ਸਾ ਚਲਤੇ ਮੈਂ ਗਲਤੀ ਕਰ ਗਿਆ, ਮੋਬਾਈਲ ਨਹੀਂ ਥਾ ਮੇਰੇ ਪਾਸ ਮੈਂ। ਜੀ ਮੈਨੇ ਆਪਣੇ ਆਖੋ ਦੇਖਾ ਤਭੀ ਤੋ ਮੈਨੇ ਉਨਕੋ ਪਕੜ ਕੇ ਯਹਾਂ ਪੇ ਲਿਆ, ਨਹੀਂ ਤੋ ਮੇਰੇ ਕੋ ਕਿਆ ਜ਼ਰੂਰਤ ਹੈ? ਕਿਆ ਮੰਗ ਰਹੇ ਹੋ ਜੀ? ਮੈਨੇ ਕਿਆ ਮੰਗਣਾ? ਮੈਂ ਕੋਈ ਭੜੂਆ ਥੋੜੋ, ਮੈਂ ਵੀ ਤੋ ਇਨਸਾਨ ਹੀ ਹੂੰ। ਕਿਆ ਚਾਹਤੇ ਹੋ? ਮੈਂ ਇਹ ਚਾਹਤਾ ਹੂੰ ਜੋ ਵਿਚਾਰਾ ਪੰਛੀ ਕੇ ਸਾਥ ਮੈਂ ਜਾਨਵਰ ਕੇ ਸਾਥ ਮੈਂ ਕਰਮ ਕਰ ਰਿਹਾ, ਉਨਕੋ ਅੱਛਾ ਸਜ਼ਾ ਮਿਲਣਾ ਚਾਹੀਏ, ਉਨਕੋ ਮਾਰ ਮਾਰ ਕੇ ਗਾਂਡ ਕਾ ਕੱਪੜਾ ਉਤਾਰ ਕੇ ਉਨਕੋ ਨੰਗਾ ਕਰਕੇ ਬਿਜਾਣਾ ਚਾਹੀਏ, ਸਾਰੀ ਰਾਤ ਬਾਂਧ ਕੇ ਰੱਖਣਾ ਚਾਹੀਏ। ਨਹੀਂ ਭਾਜੀ, ਮੈਂ ਇਹੋ ਜਿਹਾ ਕਰਮ ਕਰ ਸਕਦਾ? ਮੈਂ ਤਾਂ ਕੁਛ ਵੀ ਨਹੀਂ ਕੀਤਾ ਭਾਜੀ, ਇਹੋ ਜਿਹਾ ਕੰਮ ਕਰਨਾ ਮੈਂ ਨਾ ਤਾਂ ਕੀਤਾ। ਨਹੀਂ ਭਾਜੀ, ਆਪਾਂ ਇਹੋ ਜਿਹਾ ਕੰਮ ਕੀਤਾ ਨਹੀਂ ਜਦੋਂ ਕਿ
ਹਾਂਜੀ ਹਾਂ ਮੈਂ ਭਾਜੀ ਅਬੇ ਮੇਰੀ ਬਾਤ ਸੁਣ ਵਹਾਂ ਪੇ ਜਬ ਤੂੰ ਯਹਾਂ ਮੈਂ ਮੈਂ ਭਾਜੀ ਆ ਇੱਕ ਮਿੰਟ ਮੇਰੀ ਬਾਤ ਸੁਣ ਇਨਸਾਨ ਦਾਰੂ ਸਭ ਤੇਰਾ ਬੋਲ ਰਿਹਾ ਦਾਰੂ ਹਾਂਜੀ ਨਹੀਂ ਭਾਜੀ ਸੁਣ ਕੇ ਵੇਖ ਲਓ ਸੁਣ ਕੇ ਦੇਖ ਲਓ ਸਰ ਜੀ ਸੁਣ ਕੇ ਦੇਖ ਲਓ ਮੇਰਾ ਨਾਮ ਲਵੀਸ਼ ਹੈ ਪ੍ਰੈਜ਼ੀਡੈਂਟ ਆ ਜ਼ਰੀਆ ਫਾਰ ਵੋਇਸਲੈਸ ਵੈਲਫੇਅਰ ਸੋਸਾਇਟੀ ਤੇ ਸਾਨੂੰ ਇੱਥੇ ਕੰਪਲੇਂਟ ਆਈ ਸੀ ਤਾਰਾਂ ਵਾਲੇ ਪੁੱਲ ਇੱਕ ਬੱਚੇ ਦਾ ਜਿਹੜਾ ਰੇਪ ਕਰ ਰਿਹਾ ਸੀ ਬੰਦਾ ਦੋ ਜਿਹੜੇ ਮੈਂਬਰ ਨੇ ਇੱਥੇ ਸਾਡੇ ਉਹਨਾਂ ਨੇ ਮੌਕੇ 'ਤੇ ਇਹਨੂੰ ਫੜਿਆ ਹੁਣ ਆਪਾਂ 112 ਦੇ ਕਾਲ ਕੀਤੀ ਹੈ ਹੁਣ ਪੁਲਿਸ ਆਏਗੀ ਅਤੇ ਇੱਥੇ ਜਿਹੜੀ ਬੰਦੀ ਕਾਰਵਾਈ ਹੋਏਗੀ ਕਿਸ ਚੀਜ਼ ਦਾ ਬੱਚਾ ਇਹ ਕੁੱਤੇ ਦਾ ਬੱਚਾ ਜੀ ਕਿਵੇਂ ਪਤਾ ਚੱਲਿਆ ਤੁਹਾਨੂੰ ਸਾਡੇ ਦੋ ਮੈਂਬਰ ਇੱਥੇ ਡੇਲੀ ਫੀਡ ਪਾਉਣ ਆਉਂਦੇ ਉਹਨਾਂ ਨੇ ਇਹਨੂੰ ਮੌਕੇ 'ਤੇ ਫੜਿਆ ਹੋਇਆ ਅਤੇ ਉਲਟਾ ਇਹਨੇ ਉਹਨਾਂ ਨੂੰ ਧਮਕਾਇਆ ਹੋਇਆ ਕਿ ਤੁਸੀਂ ਜੋ ਕਰਨਾ ਕੱਲ੍ਹ ਉਹਨਾਂ ਨਾਲ ਹੱਥਾਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੱਥੋਂ ਦਾ ਰਹਿਣ ਵਾਲਾ ਬੰਦਾ ਜਿਹੜਾ ਇਹ ਪਤਾ ਨਹੀਂ ਅਨਨੋਨ ਹੈ ਹਾਂ ਨਸ਼ਾ ਕੀਤਾ ਸ਼ਰਾਬ ਪੀਤੀ ਬੁਰੀ ਇਹਨੇ ਇਹ ਅੰਬਲੀ ਲੱਗ ਰਿਹਾ ਬਿਲਕੁਲ ਹੀ ਹਾਂਜੀ ਹਾਂਜੀ ਨੇਪਾਲੀ ਲੱਗ ਰਿਹਾ ਸਮੈਲ ਆ ਰਹੀ ਰੇ ਮੂੰਹ ਚੋਂ ਸ਼ਰਾਬ ਦੀ ਜਿਹੜੀ ਮੌਕੇ 'ਤੇ ਜਿਹੜੀ ਪੁਲਿਸ ਆ ਕੇ ਜਿਹੜੀ ਬੰਦੀ ਕਾਰਵਾਈ ਕਰੇ ਧਾਰਾ ਲਾ ਕੇ ਜਿਹੜੀ ਪੈਂਦੀ ਹੈ ਔਰ ਤੇ ਪਰਚਾ ਕੱਟਣ ਫਿਰ ਅਸੀਂ ਥਾਣੇ ਦੇ ਪਰ ਬਹਿ ਜਾਂਗੇ ਜਿਹੜਾ ਧੱਕਾ ਪੈਂਦਾ ਦੇਖੋ ਜੀ 112 'ਤੇ ਕੰਪਲੇਂਟ ਕੀਤੀ ਸੀ ਇਹਨਾਂ ਨੇ ਅਸੀਂ ਆਏ ਹਾਂ ਹੁਣ ਇਹਨਾਂ ਕੰਪਲੇਂਟ ਕੀਤੀ ਵੀ ਐਨੀਮਲਸ ਨਾਲ ਬੱਚਾ ਉਹਨਾਂ ਦਾ ਉਹਨੂੰ ਕੀ ਨਾ ਕੋਈ ਬੰਦਾ ਜਿਹੜਾ ਉਹ ਗਲਤ ਕੰਮ ਕਰ ਰਿਹਾ ਸੀਗਾ ਹੁਣ ਜਾ ਕੇ ਕਰਦੇ ਹਾਂ ਇਹਨੂੰ ਨਾਲ ਲੈ ਕੇ ਚੱਲੇ ਹਾਂ ਥਾਣੇ ਜੋ ਵੀ ਹੋਊਗਾ ਉਹ ਬੰਦਾ ਇੱਥੋਂ ਦਾ ਫਤਿਹਪੁਰ ਦਾ ਰਹਿਣ ਵਾਲਾ ਅਤੇ ਬਾਕੀ ਤਫਤੀਸ਼ ਹੋ ਕਰਕੇ ਤਾਂ ਬਤਾ ਕੁੱਤੇ ਦਾ ਬੱਚਾ ਛੋਟਾ ਜਿਨ੍ਹਾਂ ਨੇ ਵੇਖਿਆ ਵਾ ਉਹਨਾਂ ਨੂੰ ਹੀ ਨਾਲ ਲੈ ਲਿਆ ਜੋ ਵੀ ਆ ਆਪਾਂ ਥਾਣੇ ਕਹਿ ਕੇ ਕਰਦੇ ਹਾਂ